ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਵੱਖੋ-ਵੱਖਰੀਆਂ ਚਰਚਾਵਾਂ ਛਿੜਦੀਆਂ ਨੇ, ਵੱਖੋ-ਵੱਖਰੇ ਮੁੱਦੇ ਉੱਠਦੇ ਨੇ। ਇਹਨਾਂ ਦਿਨਾਂ ਦੇ ਵਿੱਚ ਵੱਡਾ ਮਸਲਾ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਬੁੱਢੇ ਨਾਲੇ ਨੂੰ ਲੈ ਕੇ ਸੰਘਰਸ਼ ਵਿੱਢਣ ਦੀ ਗੱਲ ਹੁੰਦੀ ਹੈ, ਉੱਧਰ ਦੂਜੇ ਪਾਸੇ ਪ੍ਰਵਾਸੀਆਂ ਨੂੰ ਲੈ ਕੇ ਚਰਚਾ ਬਹੁਤ ਵੱਡੀ ਛਿੜੀ। ਕਿਹਾ ਜਾ ਰਿਹਾ ਕਿ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਮਤੇ ਪੈਣ ਦੇ ਦੌਰ ਆ ਚੁੱਕੇ ਨੇ। ਇੱਕ ਪਿੰਡ ਹੁਣ ਤੋਂ ਕੁਝ ਦਿਨ ਪਹਿਲਾਂ ਮਤਾ ਪਾਉਂਦਾ ਹੈ ਕਿ ਪ੍ਰਵਾਸੀ ਸਾਡੇ ਪਿੰਡ ਦੇ ਵਿੱਚ ਨਾ ਤਾਂ ਕਿਰਾਏ 'ਤੇ ਰਹਿਣਗੇ ਅਤੇ ਨਾ ਸਾਡੇ ਪਿੰਡ ਦੇ ਵਿੱਚ ਜ਼ਮੀਨ ਲੈ ਸਕਣਗੇ। ਯੂਪੀ ਬਿਹਾਰ ਦੇ ਇਹਨਾਂ ਵਸਨੀਕਾਂ ਦੇ ਲਈ ਇਸ ਤਰ੍ਹਾਂ ਦਾ ਜਦੋਂ ਮਾਪਦੰਡ ਪਿੰਡਾਂ ਦੇ ਵਿੱਚ ਆਉਣਾ ਸ਼ੁਰੂ ਹੋਇਆ ਤਾਂ ਇਸ ਤੋਂ ਬਾਅਦ ਪੰਜਾਬ ਦੀ ਹਰਿਆਣਾ ਹਾਈਕੋਰਟ ਦੇ ਵੱਲੋਂ ਜਿਹੜਾ ਇਹ ਦਖਲ ਦਿੱਤੀ ਗਈ ਹੈ, ਪੰਜਾਬ ਸਰਕਾਰ ਤੋਂ ਜਵਾਬ ਤਲਬੀ ਹੋਈ ਹੈ। ਸਾਰੇ ਮਾਮਲੇ ਦੇ ਉੱਤੇ ਗੱਲਬਾਤ ਕਰਾਂਗੇ ਕਿ ਆਖਿਰਕਾਰ ਇਹ ਦੌਰ ਤੁਰਿਆ ਕਿਉਂ, ਇਸ ਨੂੰ ਲੈ ਕੇ ਸਵਾਲ ਕਿਉਂ ਹੋਏ। ਸਾਡੇ ਨਾਲ ਸੀਨੀਅਰ ਪੱਤਰਕਾਰ ਸੁੰਦਰ ਡੱਲਾ ਮੌਜੂਦ ਨੇ। ਡੱਲਾ ਸਾਹਿਬ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਗਗਨਦੀਪ ਸਿੰਘ ਜੀ, ਬਹੁਤ ਧੰਨਵਾਦ। ਡੱਲਾ ਸਾਹਿਬ, ਲਗਾਤਾਰ ਚਰਚਾਵਾਂ ਸੀ ਕਿ ਪੰਜਾਬ ਦੇ ਵਿੱਚ ਪ੍ਰਵਾਸੀ ਬਹੁਤ ਹੋ ਰਹੇ ਨੇ, ਬਹੁਤ ਵੱਡੇ ਗਿਣਤੀ ਜਿਹੜੀ ਪ੍ਰਵਾਸੀਆਂ ਦੀ ਹੋ ਰਹੀ ਹੈ। ਕੁਝ ਕੁ ਅਜਿਹੇ ਏਰੀਆ ਲੁਧਿਆਣਾ ਹੋਵੇ, ਮੰਡੀ ਗੋਬਿੰਦਗੜ੍ਹ ਹੋਵੇ, ਇੱਧਰ ਕਿਹਾ ਜਾਂਦਾ ਕਿ ਹੁਣ ਇਹਨਾਂ ਦਾ ਗੜ੍ਹ ਬਣ ਚੁੱਕਿਆ। ਪਰ ਹੁਣ ਚਰਚਾਵਾਂ ਨੇ ਕਿ ਪਿੰਡਾਂ ਦੇ ਵਿੱਚੋਂ ਮਤੇ ਪੈਣ ਲੱਗੇ ਨੇ ਕਿ ਪ੍ਰਵਾਸੀ ਨਾ ਤਾਂ ਪਿੰਡ 'ਚ ਜ਼ਮੀਨ ਲੈ ਸਕੇਗਾ ਨਾ ਕਿਰਾਏ 'ਤੇ ਰਹਿ ਸਕੇਗਾ। ਦੇਖੋ, ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪੈਣਾ ਹੈ ਕਿ ਸਾਡੇ ਮੁਲਕ ਦੇ ਜਿੰਨੇ ਵੀ ਬਸ਼ਿੰਦੇ, ਭਾਵੇਂ ਉਹ ਯੂਪੀ ਤੋਂ ਨੇ, ਬਿਹਾਰ ਤੋਂ ਨੇ, ਹਿਮਾਚਲ ਤੋਂ ਨੇ, ਗੁਜਰਾਤ ਤੋਂ ਨੇ ਜਾਂ ਕਿਸੇ ਵੀ ਸੂਬੇ ਤੋਂ ਨੇ, ਜਦੋਂ ਉਹ ਪੰਜਾਬ ਆ ਕੇ ਰਹਿੰਦੇ ਨੇ, ਤਕਨੀਕੀ ਤੌਰ 'ਤੇ ਅਸੀਂ ਸਮਝੀਏ ਕਿ ਉਹ ਪ੍ਰਵਾਸੀ ਨਹੀਂ ਨੇ। ਪਹਿਲਾਂ ਤਾਂ ਅਸੀਂ ਇਹ ਸਮਝੀਏ ਕਿ ਉਹ ਪ੍ਰਵਾਸੀ ਨਹੀਂ। ਅਗਰ ਉਹ ਪ੍ਰਵਾਸੀ ਨੇ ਤਾਂ ਕੀ ਜੇ ਅਸੀਂ ਉੱਤਰ ਪ੍ਰਦੇਸ਼ ਜਾ ਕੇ ਰਹਾਂਗੇ, ਮੈਂ ਬਹੁਤ ਸਮਾਂ ਨੋਇਡਾ ਰਿਹਾ, ਕੀ ਫਿਰ ਮੈਂ ਉੱਥੇ ਪ੍ਰਵਾਸੀ ਸੀ? ਨਹੀਂ, ਮੈਂ ਪ੍ਰਵਾਸੀ ਨਹੀਂ ਸੀ। ਇਸ ਮੁਲਕ ਦੇ ਵਿੱਚ ਜਿੰਨੇ ਵੀ ਸਾਡੇ ਨਾਗਰਿਕ ਨੇ, ਜਿਨ੍ਹਾਂ ਕੋਲ ਆਧਾਰ ਕਾਰਡ ਹੈ, ਜਿਨ੍ਹਾਂ ਕੋਲ ਇਸ ਮੁਲਕ ਦੀ ਨਾਗਰਿਕਤਾ ਹੈ, ਅਸੀਂ ਸਾਰੇ ਦੇਸ਼ ਵਾਸੀ ਹਾਂ। ਹੁਣ ਇਹ ਦੂਜੇ ਸੂਬਿਆਂ ਤੋਂ ਜਿਹੜੇ ਪੰਜਾਬ 'ਚ ਆ ਕੇ ਲੋਕ ਰਹਿ ਰਹੇ ਨੇ, ਉਹ ਪ੍ਰਵਾਸੀ ਨਹੀਂ ਨੇ, ਹੈ ਉਹ ਆਪਣੇ ਮੁਲਕ ਦੇ ਨੇ, ਆਪਣੇ ਭੈਣ ਭਰਾ ਨੇ। ਹਾਂ, ਹੁਣ ਜਿਹੜਾ ਇਹ ਵਿਸ਼ਾ, ਇਹ ਬੜਾ ਸੰਵੇਦਨਸ਼ੀਲ ਵਿਸ਼ਾ ਵੀ ਹੈ, ਇਹ ਬੜਾ ਮਹੱਤਵਪੂਰਨ ਵੀ ਹੈ, ਔਰ ਇਹਦੇ ਉੱਤੇ ਜ਼ਰੂਰ ਚਿੰਤਾ ਹੋਣੀ ਚਾਹੀਦੀ ਹੈ, ਔਰ ਇਹਦੇ 'ਤੇ ਡਿਸਕਸ਼ਨ, ਚਰਚਾ ਖੁੱਲ੍ਹੀ ਹੋਣੀ ਚਾਹੀਦੀ ਹੈ, ਬਿਨਾਂ ਪੱਖਪਾਤ ਤੋਂ। ਹੁਣ ਜਿਹੜਾ ਤੁਸੀਂ ਸਵਾਲ ਕੀਤਾ, ਮੈਨੂੰ ਇਹ ਲੱਗਦਾ ਕਿ ਅਸੀਂ ਆਪਣੇ ਮੁਲਕ 'ਚ ਕਿਸੇ ਨੂੰ ਵੀ ਰੋਕ ਨਹੀਂ ਸਕਦੇ ਕਿ ਤੂੰ ਕਿੱਥੇ ਜਾ ਕੇ ਰਹਿਣਾ ਹੈ। ਕੋਈ ਵੀ ਵਿਅਕਤੀ ਕਿਤੇ ਵੀ ਜਾ ਕੇ ਰਹੇ, ਉਹਨੂੰ ਅਸੀਂ ਰੋਕ ਨਹੀਂ ਸਕਦੇ। ਰੋਕ ਕੌਣ ਸਕਦਾ? ਸਰਕਾਰਾਂ ਕਿਸ ਰੂਪ 'ਚ? ਜਿਵੇਂ ਹਿਮਾਚਲ ਨੇ ਕਿਹਾ ਕਿ ਪੰਜਾਬੀ ਜਾਂ ਕੋਈ ਵੀ ਹੋਰ ਜਿਹੜੇ ਦੂਸਰੇ ਸੂਬਿਆਂ ਦੇ ਲੋਕ ਨੇ, ਉਹ ਹਿਮਾਚਲ 'ਚ ਜਗ੍ਹਾ ਨਹੀਂ ਖਰੀਦ ਸਕਦੇ। ਇਹ ਹਿਮਾਚਲ ਸਰਕਾਰ ਨੇ ਕਾਨੂੰਨ ਬਣਾਤਾ, ਉੱਥੇ ਕੋਈ ਰੌਲਾ ਹੀ ਨਹੀਂ। ਹੁਣ ਅਸੀਂ ਉੱਥੇ ਪੰਜਾਬੀ ਕਦੇ ਅਸੀਂ ਲੜਦੇ ਹਾਂ ਇਸ ਗੱਲ ਨੂੰ ਵੀ ਅਸੀਂ ਕਿੱਲੇ ਖਰੀਦਣੇ ਆ ਜੀ, ਪੰਜ ਹਿਮਾਚਲ 'ਚ ਸਾਨੂੰ ਜਗ੍ਹਾ ਦਿਓ, ਅਸੀਂ ਉੱਥੇ ਖਰੀਦਦੇ ਹੀ ਨਹੀਂ। ਅਸੀਂ ਬਹੁਤ ਸਾਰੇ ਪੰਜਾਬੀ ਹਿਮਾਚਲ 'ਚ ਜਾ ਕੇ ਕੰਮ ਕਰਦੇ ਹਾਂ, ਅਸੀਂ ਜਗ੍ਹਾ ਨਹੀਂ ਖਰੀਦ ਸਕਦੇ। ਹੁਣ ਅਗਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਇੱਕ ਦੋ ਪਿੰਡਾਂ ਦੇ ਵਿੱਚ ਗੱਲ ਤੁਰੀ ਹੈ, ਜਿਵੇਂ ਤੁਸੀਂ ਵੀ ਦੱਸਿਆ, ਮੈਂ ਮੀਡੀਆ ਦੇ ਵਿੱਚ ਵੀ ਖਬਰਾਂ ਦੇਖੀਆਂ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਇੱਕ ਪਿੰਡ ਦੇ ਮਾਮਲੇ 'ਚ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ। ਇਹ ਗੁੰਝਲਦਾਰ ਵਿਸ਼ਾ, ਇਹ ਉੱਭਰਿਆ ਕਿਉਂ ਹੈ ਗਗਨਦੀਪ ਜੀ? ਉੱਭਰਿਆ ਇਸ ਕਰਕੇ ਹੈ ਕਿ ਪੰਜਾਬ ਦੇ ਵਿੱਚ ਜੋ ਮਾਹੌਲ ਖਰਾਬ ਹੋ ਰਿਹਾ, ਭਾਵੇਂ ਪਿੰਡਾਂ 'ਚ ਭਾਵੇਂ ਸ਼ਹਿਰਾਂ 'ਚ, ਨਸ਼ਾ ਬਹੁਤ ਜ਼ਿਆਦਾ ਹੋ ਗਿਆ, ਨਸ਼ਾ ਬਹੁਤ ਜ਼ਿਆਦਾ ਹੋ ਗਿਆ, ਕ੍ਰਾਈਮ ਬਹੁਤ ਜ਼ਿਆਦਾ ਹੋ ਗਿਆ, ਔਰ ਇਹ ਜਿਹੜਾ ਅਸੰਤੁਲਨ ਬਣਿਆ, ਇਹ ਬੇਰੁਜ਼ਗਾਰੀ ਵੀ ਇਹਦੇ ਪਿੱਛੇ ਇੱਕ ਕਾਰਨ ਹੈ, ਕੰਮ ਦੀ ਕਮੀ ਵੀ ਇਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ, ਜਿਹਦੇ ਕਰਕੇ ਇਸ ਤਰ੍ਹਾਂ ਦਾ ਮਾਹੌਲ ਬਣਿਆ। ਇਹ ਚਿੰਤਾਜਨਕ ਸਥਿਤੀ ਬਣ ਰਹੀ ਹੈ, ਔਰ ਸਾਨੂੰ ਸਾਰੇ ਤਮਾਮ ਬੁੱਧੀਜੀਵੀਆਂ ਨੂੰ, ਸਾਰੇ ਪੰਜਾਬ ਦੇ ਆਮ ਲੋਕਾਂ ਨੂੰ ਮਿਲ ਜੁਲ ਕੇ ਇਸ ਸਮੱਸਿਆ 'ਚੋਂ ਪੰਜਾਬ ਨੂੰ ਕੱਢਣਾ ਪਏਗਾ। ਹੁਣ ਇਹ ਪਿੰਡ ਪੱਧਰ 'ਤੇ ਜਿਹੜੇ ਫੈਸਲੇ ਹੋ ਰਹੇ ਨੇ, ਅਗਰ ਅਸੀਂ ਪਿੰਡ ਵਾਲਿਆਂ ਦੀ ਗੱਲ ਸੁਣਦੇ ਹਾਂ ਤਾਂ ਉਹ ਆਪਣੇ ਆਪ ਨੂੰ ਇਹ ਦਾਅਵਾ ਕਰਦੇ ਨੇ ਕਿ ਸਾਡਾ ਫੈਸਲਾ ਸਹੀ ਹੈ,
ਪਰ ਜੇ ਅਸੀਂ ਦੂਜਾ ਪੱਖ ਦੇਖੀਏ ਪੰਜਾਬ ਦੀ ਆਰਥਿਕਤਾ ਕੀ ਯੂਪੀ ਬਿਹਾਰ ਹਿਮਾਚਲ ਜਾਂ ਦੂਜੇ ਸੂਬਿਆਂ ਦੇ ਲੋਕਾਂ ਤੋਂ ਬਿਨਾਂ ਪੰਜਾਬ ਦੀ ਆਰਥਿਕਤਾ ਟਿਕਦੀ ਹੈ? ਸਾਡੇ ਲੱਖਾਂ ਦੇ ਲੱਖਾਂ ਬੱਚੇ ਬਾਹਰ ਜਾ ਰਹੇ ਨੇ ਪੜ੍ਹਨ ਨੂੰ, ਅਸੀਂ ਨਹੀਂ ਰੋਕ ਸਕਦੇ ਉਹਨਾਂ ਨੂੰ, ਕਿਉਂਕਿ ਉਹ ਬੱਚੇ ਆਜ਼ਾਦ ਨੇ ਆਪਣੇ ਫੈਸਲੇ ਕਰਨ ਲਈ। ਕੋਈ ਕੈਨੇਡਾ ਜਾ ਰਿਹਾ, ਕੋਈ ਅਮੈਰੀਕਾ ਜਾ ਰਿਹਾ, ਕੋਈ ਆਸਟ੍ਰੇਲੀਆ, ਕੋਈ ਯੂਰਪ, ਕੋਈ ਯੂਕੇ। ਸਾਡੇ ਬੱਚੇ ਜਦੋਂ ਜਾ ਰਹੇ ਨੇ ਤਾਂ ਸਾਡੀ ਖੇਤੀ ਪਿਛਲੇ ਸਾਲਾਂ 'ਚ ਸਿਰਫ ਅਤੇ ਸਿਰਫ ਪੰਜਾਬੀਆਂ ਦੇ ਸਿਰ 'ਤੇ ਨਹੀਂ ਹੈ ਹੁਣ ਪੰਜਾਬ ਦੀ ਖੇਤੀ। ਜਦੋਂ ਝੋਨੇ ਦੀ ਲਵਾਈ ਹੋਣੀ ਹੁੰਦੀ ਹੈ, ਮੈਂ ਪੰਜਾਬੀ ਜੀਪਾਂ ਲੈ ਕੇ, ਟਰੱਕ ਲੈ ਕੇ, ਕਾਰਾਂ ਲੈ ਕੇ ਰੇਲਵੇ ਸਟੇਸ਼ਨਾਂ 'ਤੇ ਦੇਖਿਆ ਵੱਡੇ ਸ਼ਹਿਰਾਂ ਦੇ, ਕਿ ਜਦੋਂ ਹੀ ਦੂਜੇ ਸੂਬਿਆਂ ਦੇ ਸਾਡੇ ਲੋਕ ਆਉਣ, ਅਸੀਂ ਉਹਨਾਂ ਨਾਲ ਰੇਟ ਤੈਅ ਕਰਕੇ ਉਹਨਾਂ ਨੂੰ ਖੇਤ 'ਚ ਲੈ ਦਈਏ। ਬਿਲਕੁਲ, ਇਹਦਾ ਮਤਲਬ ਹੈ ਕਿ ਸਾਡੀ ਖੇਤੀ ਦੀ ਆਰਥਿਕਤਾ ਸਿਰਫ ਅਤੇ ਸਿਰਫ ਪੰਜਾਬੀਆਂ 'ਤੇ ਨਿਰਭਰ ਨਹੀਂ ਹੈ। ਹੁਣ ਜੇ ਸਾਨੂੰ ਦੂਜੇ ਸੂਬਿਆਂ ਦੇ ਲੋਕ ਝੋਨਾ ਬੀਜਣ ਲਈ ਵੀ ਚਾਹੀਦੇ ਨੇ, ਕਣਕ ਦੀ ਕਟਾਈ ਲਈ ਵੀ ਚਾਹੀਦੇ ਨੇ, ਪੂਰਾ ਸਾਲ ਸਾਡੀਆਂ ਫਸਲਾਂ ਦੀ ਸਾਂਭ ਸੰਭਾਲ ਲਈ ਵੀ ਚਾਹੀਦੇ ਨੇ, ਪੂਰਾ ਸਾਲ ਸਾਨੂੰ ਸਾਡੇ ਪਸ਼ੂ ਨੇ ਪਸ਼ੂਆਂ ਦੀ ਸਾਂਭ ਸੰਭਾਲ ਲਈ ਵੀ ਚਾਹੀਦੇ ਨੇ, ਫਿਰ ਤੁਸੀਂ ਦੱਸੋ ਕੀ ਇਹ ਸੰਭਵ ਹੈ ਕਿ ਅਸੀਂ ਵੰਡੀ ਪਾ ਦਈਏ? ਇਹ ਬਹੁਤ ਔਖਾ ਹੈ, ਇਹ ਵਿਸ਼ਾ ਬਹੁਤ ਵੱਡਾ ਹੈ। ਜਿਸ ਤਰ੍ਹਾਂ ਦੇ ਜਿਹੜੇ ਕੋਡ ਜਾਂ ਜ਼ਾਬਤੇ ਬਣਾਏ ਜਾ ਰਹੇ ਨੇ, ਮੇਰਾ ਇਹ ਮੰਨਣਾ ਹੈ ਕਿ ਇਹਦਾ ਹੱਲ ਨਹੀਂ ਹੈ। ਇਹਦਾ ਹੱਲ ਗਗਨਦੀਪ ਜੀ ਇਹ ਨਹੀਂ ਹੈ ਕਿ ਜਿਵੇਂ ਮੈਂ ਸੁਣ ਰਿਹਾ ਸੀ, ਇੱਕ ਜਗ੍ਹਾ ਮਤਾ ਪਾਇਆ ਪਿੰਡ 'ਚ ਵੀ ਕੋਈ ਵੀ ਜਿਹੜਾ ਦੂਸਰੇ ਸੂਬੇ ਦਾ ਵਾਸੀ ਹੈ ਸਾਡੇ ਪਿੰਡ ਆ ਕੇ ਰਹੂਗਾ, ਇੱਕ ਕਮਰੇ 'ਚ ਦੋ ਤੋਂ ਵੱਧ ਵਿਅਕਤੀ ਨਹੀਂ ਰਹਿ ਸਕਦੇ। ਤੁਸੀਂ ਦੱਸੋ ਕੀ ਇਹ ਸੰਭਵ ਹੈ? ਕੀ ਸਾਡੇ ਮੁਲਕ 'ਚ ਕੋਈ ਇਸ ਤਰ੍ਹਾਂ ਦਾ ਕਾਨੂੰਨ ਹੈ? ਹੁਣ ਮੈਂ ਕੈਨੇਡਾ ਦੀ ਗੱਲ ਕਰਦਾ, ਕੈਨੇਡਾ 'ਚ ਬੇਸਮੈਂਟਾਂ 'ਚ ਸਾਡੇ ਪੰਜ ਦਸ ਮੁੰਡੇ ਬੇਸਮੈਂਟ ਕਿਰਾਏ 'ਤੇ ਲੈ ਕੇ ਰਹਿੰਦੇ ਆ। ਸਾਡੇ ਪੰਜਾਬੀ ਮੁੰਡੇ ਚੰਡੀਗੜ੍ਹ ਜਿਹੜੇ ਫਲੈਟ ਲੈ ਕੇ ਰਹਿੰਦੇ ਆ, ਇੱਕ ਫਲੈਟ 'ਚ ਪੰਜ ਸੱਤ ਮੁੰਡੇ ਵੀ ਰਹਿੰਦੇ ਆ ਜਿੱਥੇ ਦੋ ਕਮਰਿਆਂ ਦਾ ਫਲੈਟ ਹੈ। ਸੋ ਇਹ ਚੀਜ਼ ਬਹੁਤ ਜ਼ਿਆਦਾ ਸਾਨੂੰ ਸੋਚਣਾ ਪਏਗਾ ਕਿ ਅਸੀਂ ਇਹਦਾ ਹੱਲ ਕਿਵੇਂ ਕੱਢੀਏ ਜਿਹੜੀਆਂ ਸਾਡੇ ਅੱਗੇ ਸਮੱਸਿਆਵਾਂ ਨੇ। ਇਸ ਤਰ੍ਹਾਂ ਦੇ ਜਿਹੜੇ ਜ਼ਾਬਤੇ ਨੇ, ਮੈਨੂੰ ਨਹੀਂ ਲੱਗਦਾ ਕਿ ਕਾਨੂੰਨੀ ਤੌਰ 'ਤੇ ਪਿੰਡਾਂ ਦੇ ਵਿੱਚ ਜਿਹੜੇ ਜ਼ਾਬਤੇ ਬਣਾਏ ਜਾ ਰਹੇ ਨੇ ਇਹ ਲਾਗੂ ਹੋ ਸਕਣਗੇ। ਇਹਦੇ 'ਚ ਹੋਰ ਕਿਹੜੀਆਂ ਸ਼ਰਤਾਂ ਲਾਈਆਂ ਨੇ ਜੇ ਤੁਸੀਂ ਥੋੜ੍ਹਾ ਜਿਹਾ ਮੈਨੂੰ ਦੱਸ ਸਕੋ? ਡੱਲਾ ਸਾਹਿਬ, ਸਾਰੇ ਦੇ ਵਿਚਕਾਰ ਜਿਹੜੀ ਇਸ ਪਿੰਡ ਦੇ ਵਿੱਚ ਲੱਗਦਾ ਹੈ ਕਿ ਨਾ ਤਾਂ ਉੱਥੇ ਜ਼ਮੀਨ ਲੈ ਸਕੋਗੇ, ਨਾ ਤੁਹਾਨੂੰ ਰੈਂਟ 'ਤੇ ਰੂਮ ਦਿੱਤਾ ਜਾਏਗਾ। ਇੱਥੋਂ ਤੱਕ ਜਿਹੜਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ, ਇੱਕ ਨਵੇਂ ਪਿੰਡ ਦੇ ਵਿੱਚ ਮਤਾ ਪਿਆ, ਉੱਥੇ ਕਿਹਾ ਕਿ ਕੋਈ ਵੀ ਪ੍ਰਵਾਸੀ ਪਿੰਡ ਦੇ ਵਿੱਚ ਤੰਬਾਕੂ ਦਾ ਸੇਵਨ ਨਹੀਂ ਕਰ ਸਕੇਗਾ, ਕੋਈ ਵੀ ਪ੍ਰਵਾਸੀ ਪਿੰਡ ਦੇ ਵਿੱਚ ਦਾਰੂ ਦਾ ਸੇਵਨ ਨਹੀਂ ਕਰ ਸਕੇਗਾ। ਸੋ ਇਸ ਤਰ੍ਹਾਂ ਦੇ ਨਾਲ ਬੋਰਡ ਜਿਹੜੇ ਨੇ ਪਿੰਡਾਂ ਦੇ ਉੱਤੇ ਜਿਹੜੇ ਮੋੜਾਂ ਦੇ ਉੱਤੇ ਲੱਗ ਗਏ ਕਿ ਜੋ ਕਿ ਪ੍ਰਵਾਸੀ ਤੰਬਾਕੂ ਦਾ ਸੇਵਨ ਕਰਦਾ ਦੇਖਿਆ ਗਿਆ ਤੁਹਾਨੂੰ ਪਿੰਡ 'ਚੋਂ ਬਾਹਰ ਕਰਦਾ। ਦੇਖੋ, ਫਿਰ ਇਹ ਗੱਲ ਬੜੀ ਹੈਰਾਨੀ ਵਾਲੀ ਹੈ ਨਾ, ਇਹ ਸ਼ਬਦ ਪ੍ਰਵਾਸੀ ਵਰਤਦੇ ਨੇ, ਚਲੋ ਇਹ ਕਿਉਂ ਨਹੀਂ ਵਰਤਦੇ, ਇਹ ਕਿਉਂ ਨਹੀਂ ਕਹਿੰਦੇ ਕਿ ਪਿੰਡ 'ਚ ਕੋਈ ਵੀ ਤੰਬਾਕੂ ਦਾ ਸੇਵਨ ਨਹੀਂ ਕਰੇਗਾ? ਇਕੱਲੀ ਸ਼ਰਤ ਜਿਹੜੀ ਦੂਸਰੇ ਸੂਬਿਆਂ ਤੋਂ ਆਏ ਲੋਕਾਂ 'ਤੇ ਕਿਉਂ ਕਿ ਉਹ ਤੰਬਾਕੂ ਦਾ ਸੇਵਨ ਨਹੀਂ ਕਰ ਸਕਣਗੇ, ਉਹ ਸਿਗਰਟ ਬੀੜੀ ਨਹੀਂ ਪੀ ਸਕਣਗੇ, ਉਹ ਸ਼ਰਾਬ ਨਹੀਂ ਪੀ ਸਕਣਗੇ? ਜਾਂ ਤਾਂ ਫਿਰ ਸਾਰੇ ਪਿੰਡ 'ਤੇ ਪੰਚਾਇਤ ਮਤਾ ਪਾਵੇ, ਸਮਾਜਿਕ ਤੌਰ 'ਤੇ ਪਿੰਡ ਇਕੱਠਾ ਹੋ ਕੇ ਵੀ ਆਪਾਂ ਇਸ ਪਿੰਡ 'ਚ ਸੰਪੂਰਨ ਤੌਰ 'ਤੇ ਫੈਸਲਾ ਕਰਦੇ ਹਾਂ। ਪਰ ਜਦੋਂ ਫਿਰ ਦੇਸ਼ ਦੇ ਸੰਵਿਧਾਨ ਕਾਨੂੰਨ ਦੀ ਗੱਲ ਆ ਜਾਂਦੀ ਹੈ, ਜਦੋਂ ਸਾਡੇ ਮੁਲਕ 'ਚ ਸ਼ਰਾਬ ਦੀ ਵਿਕਰੀ ਕਾਨੂੰਨੀ ਹੈ ਅਤੇ ਜੇ ਕੋਈ ਬੋਤਲ ਖਰੀਦ ਕੇ ਲਿਆਊਗਾ ਘਰੇ ਤਾਂ ਫਿਰ ਆਪਾਂ ਉਹਨੂੰ ਕਿਵੇਂ ਰੋਕ ਸਕਦੇ ਹਾਂ ਜੀ? ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜ਼ਾਬਤੇ ਨਾਲ ਜੁੜ ਜਾਂਦੀਆਂ ਨੇ, ਕਾਨੂੰਨਾਂ ਨਾਲ ਜੁੜ ਜਾਂਦੀਆਂ ਨੇ। ਹਾਂ ਠੀਕ ਹੈ, ਭਾਵਨਾਵਾਂ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਆਪਾਂ ਪਿੰਡ ਨੇ ਫੈਸਲਾ ਕਰ ਲਿਆ ਜੀ ਕਿ ਪਿੰਡ 'ਚ ਕੋਈ ਵੀ ਦਾਰੂ ਨਹੀਂ ਪੀਊਗਾ,
ਗੱਲ ਸਮਝ ਆਉਂਦੀ ਆ ਵੀ ਪਿੰਡ ਨੇ ਫੈਸਲਾ ਕਰ ਲਿਆ ਜੀ ਅਸੀਂ ਦਾਰੂ ਨਹੀਂ ਪੀਣੀ, ਪਿੰਡ ਨੇ ਫੈਸਲਾ ਕਰ ਲਿਆ ਜੀ ਅਸੀਂ ਤੰਬਾਕੂ ਨਹੀਂ ਖਾਣਾ। ਇਹਨਾਂ ਨੂੰ ਚਿੱਟਾ ਵੀ ਲਿਖ ਲੈਣਾ ਚਾਹੀਦਾ ਸੀ ਕਿ ਕੋਈ ਵੀ ਪਿੰਡ 'ਚ ਚਿੱਟੇ ਦਾ ਸੇਵਨ ਨਹੀਂ ਕਰੂਗਾ, ਕੋਈ ਵੀ ਪਿੰਡ 'ਚ ਭੰਗ ਦਾ ਜਾਂ ਕਿਸੇ ਹੋਰ ਨਸ਼ੇ ਦਾ ਸੇਵਨ ਨਹੀਂ ਕਰੂਗਾ, ਇਹ ਵੀ ਲਿਖਣਾ ਚਾਹੀਦਾ ਸੀ। ਪਰ ਕਿਸੇ ਇੱਕ ਲਈ ਸ਼ਰਤ ਨਹੀਂ ਲੱਗਣੀ ਚਾਹੀਦੀ ਕਿ ਜਿਹੜੇ ਦੂਸਰੇ ਸੂਬੇ ਤੋਂ ਆਏ ਨੇ ਉਹ ਤੰਬਾਕੂ, ਇਹਦਾ ਮਤਲਬ ਹੈ ਕਿ ਸਾਡੇ 'ਤੇ ਜ਼ਾਬਤਾ ਨਹੀਂ ਨਸ਼ੇ ਦੇ ਮਾਮਲੇ ਦੇ ਵਿੱਚ। ਇਹਦਾ ਮਤਲਬ ਹੈ ਕਿ ਜਦੋਂ ਅਸੀਂ ਦੂਸਰੀ ਤਰ੍ਹਾਂ ਦੇ ਫੈਸਲੇ ਵੀ ਕਰਦੇ ਹਾਂ ਕਿ ਕੌਣ ਕਿਰਾਏ 'ਤੇ ਰਹਿ ਸਕੂਗਾ ਕੌਣ ਨਹੀਂ, ਹੁਣ ਦੇਖੋ ਵੀ ਜੇ ਇਹ ਗੱਲ ਹੋ ਜੂ ਵੀ ਕੋਈ ਮਕਾਨ ਕਿਰਾਏ 'ਤੇ ਲੈ ਕੇ ਨਹੀਂ ਰਹਿ ਸਕੂਗਾ ਤਾਂ ਫਿਰ ਉਹ ਵਿਅਕਤੀ ਰਹੂਗਾ ਕਿੱਥੇ? ਗਗਨਦੀਪ ਜੀ, ਰੋਟੀ ਪਾਣੀ ਕੱਪੜਾ ਮਕਾਨ ਇਹ ਤਾਂ ਮੁੱਢਲੀਆਂ ਸਹੂਲਤਾਂ ਨੇ। ਮੈਨੂੰ ਇਹ ਲੱਗਦਾ ਇਹ ਭਾਵਨਾਵਾਂ ਦੇ ਵਿੱਚ ਬਹਿ ਕੇ ਕਈ ਵਾਰੀ ਇਸ ਤਰ੍ਹਾਂ ਦੇ ਫੈਸਲੇ ਕੀਤੇ ਜਾਂਦੇ ਨੇ। ਪਿੰਡ ਵਾਲਿਆਂ ਦੀ ਸੋਚ ਇਹਦੇ ਪਿੱਛੇ ਇਹ ਹੈ ਕਿ ਪਿੰਡ 'ਚ ਨਸ਼ਾ ਨਾ ਵਧੇ, ਪਿੰਡ 'ਚ ਜੁਰਮ ਨਾ ਵਧੇ। ਪਰ ਆਪਾਂ ਕਿਸੇ ਇੱਕ ਧਿਰ ਨੂੰ ਇਹ ਮੰਨ ਲਈਏ ਕਿ ਉਹਨਾਂ ਕਰਕੇ ਸਭ ਕੁਝ ਹੋ ਰਿਹਾ, ਇਹ ਮੈਨੂੰ ਲੱਗਦਾ ਸੋਚ ਵਿਚਾਰ ਕਰਨ ਦੀ ਲੋੜ ਹੈ। ਬਹੁਤ ਗਹਿਰਾਈ ਦੇ ਨਾਲ ਸਾਨੂੰ ਜੜ 'ਚ ਜਾ ਕੇ ਸਾਡੀਆਂ ਪੰਜਾਬ ਅੱਗੇ ਜਿਹੜੀਆਂ ਸਮੱਸਿਆਵਾਂ ਹੈ ਉਹਨਾਂ ਬਾਰੇ ਸੋਚਣਾ ਪਊਗਾ। ਹਾਂ, ਅਸੀਂ ਮੰਗ ਇਹ ਕਰੀਏ ਸਰਕਾਰ ਤੋਂ, ਇਸ ਗੱਲ ਦੇ ਉੱਤੇ ਅਸੀਂ ਸੋਚ ਸਕਦੇ ਹਾਂ ਕਿ ਪੰਜਾਬ ਦੀ ਸਰਕਾਰ ਇਹ ਫੈਸਲਾ ਕਰੇ ਕਿ ਪੰਜਾਬ 'ਚ ਕੋਈ ਵੀ ਗੈਰ ਪੰਜਾਬੀ ਹੋਵੇ, ਭਾਵੇਂ ਹਿਮਾਚਲ ਦਾ, ਭਾਵੇਂ ਹਰਿਆਣੇ ਦਾ, ਭਾਵੇਂ ਯੂਪੀ ਦਾ, ਭਾਵੇਂ ਬਿਹਾਰ ਦਾ, ਭਾਵੇਂ ਗੁਜਰਾਤ ਦਾ, ਕਿ ਉਹ ਪੰਜਾਬ 'ਚ ਜ਼ਮੀਨ ਨਾ ਖਰੀਦ ਸਕੇ, ਫਿਰ ਇਹ ਗੱਲ ਸਮਝ ਆਉਂਦੀ ਹੈ। ਪਰ ਉਹ ਫੈਸਲਾ ਸਾਡੀ ਵਿਧਾਨ ਸਭਾ, ਜਿੱਥੇ ਸਾਡੇ ਸੂਬੇ ਦੇ ਕਾਨੂੰਨ ਬਣਦੇ ਆ ਉੱਥੇ ਹੋਊਗਾ। ਵਿਧਾਨ ਸਭਾ 'ਚ ਇਹ ਗੱਲ ਆਵੇ, ਦੇਖੋ ਸੁਖਪਾਲ ਖਹਿਰਾ ਨੇ ਵੀ ਸੰਗਰੂਰ 'ਚ ਜਦੋਂ ਇਹ ਮੁੱਦਾ ਚੁੱਕਿਆ, ਪਰ ਸਵਾਲ ਅਗਰ ਅਸੀਂ ਇਹ ਫੈਸਲਾ ਕਰਦੇ ਹਾਂ ਉਹਦੇ ਪਿੱਛੇ ਅਸੀਂ ਆਧਾਰ ਕੀ ਦਈਏ? ਅਸੀਂ ਇਹ ਆਧਾਰ ਦੇ ਸਕਦੇ ਹਾਂ ਕਿ ਅਸੀਂ ਸਰਹੱਦੀ ਸਟੇਟ ਹਾਂ, ਸਾਡੇ ਕੋਲ ਆਪਣੇ ਕੁਦਰਤੀ ਸਾਧਨ ਘੱਟ ਨੇ, ਕੇਂਦਰ ਵੱਲੋਂ ਸਾਨੂੰ ਕੋਈ ਵਿਸ਼ੇਸ਼ ਪੈਕੇਜ ਨਹੀਂ ਦਿੱਤਾ ਜਾਂਦਾ, ਖੇਤੀਬਾੜੀ ਸਾਡੀ ਬਹੁਤ ਜ਼ਿਆਦਾ ਪਛੜ ਰਹੀ ਹੈ, ਕਿਤੇ ਇਹ ਨਾ ਹੋਵੇ ਅਸੀਂ ਕਰਜ਼ਾ ਚੱਕਦੇ ਚੱਕਦੇ ਆਪਣਾ ਸਾਰਾ ਕੁਝ ਵੇਚ ਦਈਏ। ਇਸ ਤਰ੍ਹਾਂ ਦੇ ਸ਼ੰਕੇ ਨੇ ਜਿਹੜੇ, ਕਿਤੇ ਇਹ ਨਾ ਹੋਵੇ ਕਿ ਸਾਡੇ ਕੋਲ ਲੈਂਡ ਹੋਲਡਿੰਗ ਨਾ ਰਹੇ, ਸਾਡੇ ਕੋਲ ਆਪਣੀ ਜ਼ਮੀਨ ਨਾ ਰਹੇ, ਇਹ ਸ਼ੰਕੇ ਸਾਡੇ ਹੋ ਸਕਦੇ ਨੇ। ਪਰ ਇਹਨਾਂ ਸ਼ੰਕਿਆਂ ਲਈ ਵੀ ਗਗਨਦੀਪ ਜੀ ਸਾਨੂੰ ਵਿਧਾਨ ਸਭਾ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਣੀ ਪੈਣੀ ਹੈ। ਹੁਣ ਜਿਹੜੇ ਪਿੰਡ ਵਾਲੇ ਇਹ ਫੈਸਲੇ ਕਰ ਰਹੇ ਨੇ ਉਹ ਆਪਣੇ MLA ਅੱਗੇ ਸ਼ਰਤ ਰੱਖਣ ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵਿਧਾਨ ਸਭਾ 'ਚ ਸਵਾਲ ਚੱਕੋ। ਪੰਜਾਬ ਦੇ ਪਿੰਡਾਂ 'ਚੋਂ ਅਗਰ MLAਆਂ ਦੇ ਜ਼ਰੀਏ ਵਿਧਾਨ ਸਭਾ 'ਚ ਗੱਲ ਆਵੇ ਤਾਂ ਇਸ ਗੱਲ 'ਤੇ ਸੋਚਿਆ ਜਾ ਸਕਦਾ ਪੰਜਾਬ 'ਚ ਕਿ ਅਸੀਂ ਪੰਜਾਬ 'ਚ ਕਾਨੂੰਨ ਬਣਾਈਏ ਕਿ ਪੰਜਾਬ 'ਚ ਕੋਈ ਵੀ ਪੱਕੇ ਤੌਰ 'ਤੇ ਜ਼ਮੀਨ ਨਾ ਖਰੀਦ ਸਕੇ, ਜਿਵੇਂ ਹਿਮਾਚਲ ਦੇ ਵਿੱਚ ਇਹ ਵਿਵਸਥਾ ਹੈ। ਪਰ ਅਸੀਂ ਉਹਦੇ ਫਾਇਦੇ ਅਤੇ ਨੁਕਸਾਨ ਵੀ ਦੇਖਣੇ ਨੇ। ਜਿਹੜਾ ਫੈਸਲਾ ਅਸੀਂ ਕਰ ਰਹੇ ਹਾਂ ਕਿ ਪਿੰਡਾਂ 'ਚ ਗੈਰ ਪੰਜਾਬੀ ਮਕਾਨ ਨਹੀਂ ਖਰੀਦ ਸਕਦੇ ਜਾਂ ਉਹਨਾਂ ਦਾ ਆਧਾਰ ਕਾਰਡ ਨਾ ਬਣੇ, ਜਿੱਦਾਂ ਦੀਆਂ ਗੱਲਾਂ ਆ ਰਹੀਆਂ ਨੇ, ਅਤੇ ਫਿਰ ਜਦੋਂ ਅਸੀਂ ਪੰਜਾਬੀ ਦੇਸ਼ ਦੇ ਦੂਜੇ ਸੂਬਿਆਂ 'ਚ ਜਾਂਦੇ ਹਾਂ ਫਿਰ ਕੱਲ੍ਹ ਨੂੰ ਦੂਜੇ ਸੂਬੇ ਵੀ ਇਸ ਤਰ੍ਹਾਂ ਦੇ ਫੈਸਲੇ ਕਰ ਸਕਦੇ ਨੇ। ਡਾਕਟਰ ਸਾਹਿਬ, ਇਸ ਸਾਲ ਦੇ ਵਿਚਕਾਰ ਪੰਜਾਬ ਸਰਕਾਰ ਦੀ ਸਥਿਤੀ ਨੂੰ ਕਿਵੇਂ ਵੇਖਦੇ ਹੋ? ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪੰਜਾਬ ਹਰਿਆਣਾ ਹਾਈਕੋਰਟ ਨੇ ਸਾਰੇ ਮਾਮਲੇ ਦੇ ਵਿੱਚ ਨੋਟਿਸ ਜਾਰੀ ਕੀਤਾ, ਪੰਜਾਬ ਸਰਕਾਰ ਤੋਂ ਜਵਾਬ ਤਲਬ ਵੀ ਕੀਤੀ ਹੈ ਕਿ ਇਹ ਚੱਲ ਕੀ ਰਿਹਾ ਸਾਰਾ, ਕੀ ਲੱਗਦਾ ਪੰਜਾਬ ਸਰਕਾਰ ਦੀ ਸਥਿਤੀ ਕੀ ਹੈ, ਪੰਜਾਬ ਸਰਕਾਰ ਕਿੱਥੇ ਖੜੀ ਹੈ ਸਾਰੇ ਮਾਮਲੇ? ਦੇਖੋ, ਪੰਜਾਬ ਸਰਕਾਰ ਹੁਣ ਜਦੋਂ ਕੋਰਟ 'ਚ ਆਪਣਾ ਸਪਸ਼ਟੀਕਰਨ ਦੇਵੇਗੀ ਜਾਂ ਕੋਰਟ 'ਚ ਆਪਣਾ ਜਵਾਬ ਦੇਵੇਗੀ, ਭਗਵੰਤ ਮਾਨ ਦੀ ਸਰਕਾਰ ਨਿਸ਼ਚਿਤ ਤੌਰ 'ਤੇ ਇਹ ਗੱਲ ਤਾਂ ਬਾਹਰ ਆਏਗੀ ਕਿ ਭਗਵੰਤ ਮਾਨ ਉਹਨਾਂ ਨੇ ਅਦਾਲਤ ਦੇ ਵਿੱਚ ਪੰਜਾਬ ਸਰਕਾਰ ਦਾ ਕੀ ਪੱਖ ਰੱਖਿਆ। ਪਰ ਪੰਜਾਬ ਦੀਆਂ ਵਿਰੋਧੀ ਧਿਰਾਂ, ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਚੰਨੀ, ਰਾਜਾ ਵੜਿੰਗ, ਸੁਖਬੀਰ ਸਿੰਘ ਬਾਦਲ, ਇਹ ਸਾਰੀਆਂ ਧਿਰਾਂ ਇਸ ਗੰਭੀਰ ਮੁੱਦੇ ਦੇ ਉੱਤੇ ਮੀਟਿੰਗਾਂ ਕਰਨ, ਇਸ ਮੁੱਦੇ ਦੇ ਉੱਤੇ ਸਲਾਹ ਮਸ਼ਵਰੇ ਕਰਨ। ਅਗਰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਹ ਲੱਗਦਾ ਕਿ ਅਸੀਂ ਇਹ ਕਾਨੂੰਨ ਬਣਾਈਏ
ਕਿ ਪੰਜਾਬ ਦੇ ਵਿੱਚ ਕੋਈ ਵੀ ਗੈਰ ਪੰਜਾਬੀ ਜ਼ਮੀਨ ਨਾ ਖਰੀਦ ਸਕੇ, ਭਾਵੇਂ ਖੇਤੀਬਾੜੀ ਦੀ ਜ਼ਮੀਨ, ਭਾਵੇਂ ਰਿਹਾਇਸ਼ੀ ਜ਼ਮੀਨ। ਅਸੀਂ ਸ਼ਰਤਾਂ ਆਧਾਰਿਤ ਫੈਸਲੇ ਕਰ ਸਕਦੇ ਹਾਂ ਕਿ ਕੋਈ ਵੀ ਗੈਰ ਪੰਜਾਬੀ ਹੈ, ਘੱਟੋ ਘੱਟ 10 ਸਾਲ ਅਗਰ ਉਹ ਇੱਥੇ ਕੰਮ ਕਰਦਾ, 10 ਸਾਲ ਉਹ ਇੱਥੇ ਵਸਨੀਕ ਬਣ ਕੇ ਰਹਿੰਦਾ, ਉਸ ਤੋਂ ਬਾਅਦ ਉਹਨੂੰ ਜ਼ਮੀਨ ਖਰੀਦਣ ਦਾ ਹੱਕ ਦਿੱਤਾ ਜਾਵੇ। ਜਾਂ ਅਸੀਂ ਪੱਕੇ ਤੌਰ 'ਤੇ ਇਹ ਕਾਨੂੰਨ ਬਣਾ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਕੋਈ ਵੀ ਗੈਰ ਪੰਜਾਬੀ ਹੈ ਜਿਹੜਾ ਉਹ ਜ਼ਮੀਨ ਨਹੀਂ ਖਰੀਦ ਸਕੇਗਾ। ਪਰ ਇਹ ਫੈਸਲੇ ਵਿਧਾਨ ਸਭਾ ਦੇ ਵਿੱਚ ਹੀ ਹੋਣੇ ਨੇ, ਔਰ ਠੀਕ ਹੈ 1-2 ਪਿੰਡਾਂ ਦੇ ਵਿੱਚ ਇਹ ਗੱਲ ਤੁਰੀ ਹੈ। ਇਹਦਾ ਮਤਲਬ ਹੈ ਕਿ ਇਹ ਵਿਸ਼ਾ ਉਹ ਬਣ ਗਿਆ ਜਿਹਦੇ 'ਤੇ ਅਸੀਂ ਡਿਬੇਟ ਕਰੀਏ, ਡਿਸਕਸ਼ਨ ਕਰੀਏ। ਜ਼ਰੂਰੀ ਨਹੀਂ ਕਿ ਮੇਰੀ ਗੱਲ ਸਾਰਿਆਂ ਨੂੰ ਪਸੰਦ ਆਵੇ। ਬਹੁਤ ਸਾਰੇ ਲੋਕਾਂ ਦੇ ਆਪਣੇ ਤਰਕ ਨੇ, ਉਹਨਾਂ ਦੇ ਪਿੱਛੇ ਇਹ ਵੀ ਤਰਕ ਨੇ ਕਿ ਬਹੁਤ ਸਾਰੇ ਗੈਰ ਪੰਜਾਬੀ ਨੇ ਜਿਹੜੇ ਇੱਥੇ ਆ ਕੇ ਅਮਨ ਕਾਨੂੰਨ ਖਰਾਬ ਕਰਦੇ ਨੇ, ਕਤਲੋ ਗੈਰਤ ਕਰਦੇ ਨੇ, ਨਸ਼ਾ ਵੇਚਦੇ ਨੇ, ਨਸ਼ਾ ਵੰਡਦੇ ਨੇ। ਇਸ ਗੱਲ ਦਾ ਮੈਂ ਵੀ ਵਿਰੋਧੀ ਹਾਂ ਕਿ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਸ਼ਹਿਰਾਂ 'ਚ, ਪਿੰਡ ਪਿੰਡ 'ਚ ਖੋਖੇ ਨਸ਼ੇ ਵਾਲੇ ਲੱਗੇ ਹੋਏ ਨੇ, ਸਿਗਰਟ ਬੀੜੀਆਂ ਦੇ। ਹੁਣ ਸਰਕਾਰ ਉਹਦੇ 'ਤੇ ਕਾਨੂੰਨ ਬਣਾਵੇ ਕਿ ਅਗਰ ਜਿਵੇਂ ਸ਼ਰਾਬ ਹੈ ਸਿਰਫ ਠੇਕਿਆਂ ਤੋਂ ਵਿਕਦੀ ਹੈ, ਸਿਗਰਟ ਬੀੜੀ ਇਹ ਕਾਨੂੰਨੀ ਤੌਰ 'ਤੇ ਸੇਵਨ ਇਹਦਾ ਕਰ ਸਕਦੇ ਨੇ ਲੋਕ, ਹਰ ਕਿਸੇ ਨੂੰ ਹੱਕ ਹੈ। ਅਗਰ ਉਹਨੂੰ ਉਹਦੀ ਸਮਝ ਕਹਿੰਦੀ ਹੈ ਵੀ ਮੈਂ ਸਿਗਰਟ ਬੀੜੀ ਪੀਣੀ ਹੈ, ਇਹ ਇੱਕ ਨਿੱਜੀ ਵਿਅਕਤੀ ਦੀ ਚੁਆਇਸ ਹੈ ਜਿਵੇਂ ਸ਼ਰਾਬ ਦੀ ਹੈ। ਫਿਰ ਸਰਕਾਰ ਤੈਅ ਕਰੇ ਕਿ ਅਗਰ ਸ਼ਰਾਬ ਲਈ ਠੇਕੇ ਨੇ ਤਾਂ ਸਿਗਰਟ ਬੀੜੀ ਹਰ ਕੋਈ ਨਾ ਵੇਚ ਸਕੇ। ਅਸੀਂ ਇਹਨੂੰ ਇਹ ਕਰ ਸਕਦੇ ਹਾਂ, ਰੈਗੂਲੇਟ ਕਰ ਸਕਦੇ ਹਾਂ ਕਿ ਸਿਗਰਟ ਬੀੜੀ ਲਈ ਵੀ ਸਰਕਾਰ ਲਾਇਸੈਂਸ ਦੇਵੇ, ਗਿਣੀਆਂ ਚੁਣੀਆਂ ਦੁਕਾਨਾਂ ਹੋਣ ਜਿਹਦੇ ਨਾਲ ਪੰਜਾਬ ਦੇ ਵਿੱਚ ਸਾਡੇ ਬੱਚਿਆਂ ਤੋਂ ਜਵਾਨੀ ਨੂੰ ਅਸੀਂ ਇਹਦੇ ਤੋਂ ਬਚਾ ਸਕਦੇ ਹਾਂ। ਪਰ ਇਹ ਮਾਮਲਾ ਸੇਵਨ ਸਿਗਰਟ ਬੀੜੀ ਦਾ, ਤੰਬਾਕੂ ਦਾ, ਸ਼ਰਾਬ ਦਾ ਕਿਸੇ ਨੇ ਕਰਨਾ ਜਾਂ ਨਹੀਂ ਕਰਨਾ, ਇਹ ਨਿੱਜੀ ਵਿਅਕਤੀ ਦਾ ਫੈਸਲਾ ਹੈ। ਤੁਸੀਂ ਕਿਸੇ ਵਿਅਕਤੀ ਨੂੰ ਸ਼ਰਾਬ ਦੀ ਬੋਤਲ ਖਰੀਦਣ ਤੋਂ ਨਹੀਂ ਰੋਕ ਸਕਦੇ। ਹਾਂ, ਉਹ ਬਾਜ਼ਾਰ 'ਚ ਖੜ੍ਹ ਕੇ ਪੀਵੇ ਉਹ ਗਲਤ ਹੈ, ਪਰ ਉਹ ਘਰ ਜਾ ਕੇ ਵੀ ਨਾ ਪੀਵੇ, ਘਰ ਜਾ ਕੇ ਸ਼ਰਾਬ ਪੀਣ ਦੀ ਇਜਾਜ਼ਤ ਉਹਨੂੰ ਕਾਨੂੰਨ ਦਿੰਦਾ। ਇਸ ਕਰਕੇ ਤੁਸੀਂ ਉਹਨੂੰ ਕਿਵੇਂ ਰੋਕੋਗੇ? ਇਹ ਸਵਾਲ ਇਸ ਗੱਲ 'ਤੇ ਆ ਜਾਂਦਾ। ਸੋ ਮੈਨੂੰ ਲੱਗਦਾ ਇਹਦੇ 'ਤੇ ਸਰਕਾਰ ਫੈਸਲਾ ਕਰੇ ਵੀ ਸਿਗਰਟ ਬੀੜੀ ਦੀਆਂ ਦੁਕਾਨਾਂ ਦੇ ਲਾਇਸੈਂਸ ਹੋਣ ਔਰ ਗਿਣੀਆਂ ਚੁਣੀਆਂ ਹੋਣ ਜਿਵੇਂ ਸ਼ਰਾਬ ਦੇ ਠੇਕੇ ਹੈ, ਔਰ ਜਿਹੜੇ ਵੀ ਗੈਰ ਪੰਜਾਬੀ ਸਿਗਰਟ ਬੀੜੀ ਦੀਆਂ ਦੁਕਾਨਾਂ ਲਾਉਂਦੇ ਨੇ ਇਹਦੇ ਤੋਂ ਰੋਕ ਹੋਣੀ ਚਾਹੀਦੀ ਹੈ। ਸਰਕਾਰ ਲਾਇਸੈਂਸ ਦੇਵੇ ਉੱਥੇ, ਭਾਵੇਂ ਗੈਰ ਪੰਜਾਬੀ ਲਾਵੇ ਸਿਗਰਟ ਬੀੜੀ ਦਾ ਖੋਖਾ ਜਾਂ ਦੁਕਾਨ, ਅਤੇ ਭਾਵੇਂ ਪੰਜਾਬੀ ਲਾਵੇ, ਪਰ ਇਹਦੀ ਮਨਜ਼ੂਰੀ ਹੋਵੇ, ਇਹਦਾ ਲਾਇਸੈਂਸ ਹੋਵੇ। ਖੁੱਲ੍ਹੇ ਤੌਰ 'ਤੇ ਨਹੀਂ ਵੀ ਜਿਹਦਾ ਜੀ ਕੀਤਾ 25 ਬੰਡਲ ਬੀੜੀਆਂ ਦੇ ਰੱਖ ਕੇ, ਖੋਖੇ ਦੇ ਸਾਈਟਾਂ ਦੀਆਂ ਡੱਬੀਆਂ ਰੱਖ ਕੇ ਸਿਗਰਟ ਬੀੜੀ ਵੇਚਣੀ ਸ਼ੁਰੂ ਕਰਤੀ, ਇਹਦੇ 'ਤੇ ਰੋਕ ਹੋਣੀ ਚਾਹੀਦੀ ਹੈ। ਇਹ ਸਾਡੇ ਪੰਜਾਬ ਦੀ ਵੱਡੀ ਸਮੱਸਿਆ। ਪਰ ਅਸੀਂ ਹਰ ਤਰ੍ਹਾਂ ਦਾ ਨਸ਼ਾ ਜਿਹੜਾ ਪੰਜਾਬ 'ਚ, ਉਹਨੂੰ ਕੰਟਰੋਲ ਕਰਨ ਲਈ ਅਸੀਂ ਵੱਡੇ ਤੌਰ ਦੇ ਉੱਤੇ ਸਾਰੇ ਪੰਜਾਬੀ ਫੈਸਲੇ ਕਰੀਏ। ਮੇਰੇ ਵਰਗੇ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਕਾਲਜਾਂ ਦੇ ਵਿੱਚ ਪੜ੍ਹਦੇ ਜਾਂ ਸਕੂਲਾਂ ਦੇ ਵਿੱਚ ਪੜ੍ਹਦੇ, ਕਿਸੇ ਵੇਲੇ ਸਿਗਰਟ ਬੀੜੀ ਦੇ ਆਦੀ ਬਣੇ, ਪਰ ਜਿਵੇਂ ਜਿਵੇਂ ਉਹਨਾਂ ਨੂੰ ਸੋਝੀ ਆਈ, ਉਹਨਾਂ ਨੇ ਆਪਣੇ ਆਪ ਨੂੰ ਇਸ ਤੋਂ ਮੁਕਤ ਕੀਤਾ, ਨਸ਼ੇ ਤੋਂ ਦੂਰ ਕੀਤਾ ਸਾਰਿਆਂ ਨੇ। ਜਾਗਰੂਕਤਾ ਬਹੁਤ ਵੱਡੇ ਪੱਧਰ 'ਤੇ ਸਾਨੂੰ ਫੈਲਾਉਣ ਦੀ ਲੋੜ ਹੈ। ਨਸ਼ੇ ਵਾਲੀ ਸਮੱਸਿਆ ਬਹੁਤ ਵੱਡੀ ਹੈ। ਹਾਂ, ਪਿੰਡ ਦੀ ਪੰਚਾਇਤ ਅਗਰ ਇਹ ਕਹਿੰਦੀ ਹੈ ਵੀ ਅਸੀਂ ਪਿੰਡ 'ਚ ਸਿਗਰਟ ਬੀੜੀ ਦਾ ਖੋਖਾ ਨਹੀਂ ਲੱਗਣ ਦੇਣਾ, ਇਹਦਾ ਸਵਾਗਤ ਕੀਤਾ ਜਾਣਾ ਚਾਹੀਦਾ। ਪਰ ਮੈਂ ਇਸ ਗੱਲ ਦਾ ਹਾਮੀ ਨਹੀਂ ਕਿ ਆਪਾਂ ਕਿਸੇ ਬੰਦੇ ਨੂੰ ਇਹ ਕਹੀਏ ਕਿ ਤੁਸੀਂ ਪਿੰਡ 'ਚ ਮਕਾਨ ਨਹੀਂ ਲੈ ਸਕਦੇ ਜਾਂ ਤੁਸੀਂ ਇੱਕ ਕਮਰੇ 'ਚ ਸਿਰਫ 2 ਜਣੇ ਰਹੋਗੇ। ਇਹਦੇ ਲਈ ਸਾਨੂੰ ਵਿਧਾਨ ਸਭਾ 'ਚ ਕਾਨੂੰਨ ਬਣਾਉਣੇ ਪੈਣੇ ਨੇ, ਔਰ ਕਾਨੂੰਨ ਬਣਨਾ ਚਾਹੀਦਾ। ਇਹ ਕਾਨੂੰਨ ਬਣ ਸਕਦਾ ਕਿ ਅਸੀਂ ਪੰਜਾਬ ਦੀ ਜ਼ਮੀਨ ਕੀ ਗੈਰ ਪੰਜਾਬੀ ਖਰੀਦਣ ਜਾਂ ਨਾ ਖਰੀਦਣ, ਇਹਦੇ 'ਤੇ ਵਿਚਾਰ ਹੋ ਸਕਦੀ ਹੈ। ਮੇਰਾ ਆਪਣਾ ਇਹਦੇ 'ਤੇ ਓਪੀਨੀਅਨ ਕੋਈ ਨਹੀਂ, ਇਹਦੇ 'ਤੇ ਸਮੂਹ ਪੰਜਾਬੀਆਂ ਦਾ ਓਪੀਨੀਅਨ ਹੋਣਾ ਚਾਹੀਦਾ। ਬਿਲਕੁਲ। ਇਸ ਕਰਕੇ ਇਹਦੇ 'ਤੇ ਹਜੇ ਡਿਬੇਟ, ਡਿਸਕਸ਼ਨ, ਵੱਖ ਵੱਖ ਵਿਚਾਰ, ਹਰੇਕ ਦਾ ਤਰਕ ਹੈ ਆਪਣਾ, ਔਰ ਜਿਹੜੇ ਗੈਰ ਪੰਜਾਬੀ ਹੈ ਅਸੀਂ ਉਹਨਾਂ ਦਾ ਤਰਕ ਵੀ ਸਮਝੀਏ, ਕਿਉਂਕਿ ਅਸੀਂ ਵੀ ਬਹੁਤ ਸੂਬਿਆਂ 'ਚ ਗੈਰ ਪੰਜਾਬੀ ਬਣ ਜਾਣਾ। ਜੇ ਅਸੀਂ ਮਹਾਰਾਸ਼ਟਰ ਚੱਲ ਜਾਈਏ, ਅਸੀਂ ਗੈਰ ਪੰਜਾਬੀ ਹਾਂ, ਅਸੀਂ ਗੈਰ ਮਹਾਰਾਸ਼ਟਰੀਅਨ ਹਾਂ।
ਅਸੀਂ ਯੂਪੀ ਵਾਲੇ ਨਹੀਂ ਹਾਂ, ਅਗਰ ਅਸੀਂ ਯੂਪੀ 'ਚ ਬਹੁਤ ਸਾਰੇ ਚਲੇ ਜਾਈਏ ਕੰਮ ਕਾਰ ਕਰਨ। ਅੱਜ ਕੱਲ੍ਹ ਸਾਡੇ ਨੌਜਵਾਨ ਮੁੰਡੇ ਕੁੜੀਆਂ, ਗਗਨਦੀਪ ਜੀ, ਕੋਈ ਬੰਗਲੌਰ ਜਾਂਦਾ, ਕੋਈ ਹੈਦਰਾਬਾਦ ਜਾਂਦਾ, ਕੋਈ ਦਿੱਲੀ ਜਾਂਦਾ, ਅਤੇ ਸਾਡੇ ਮੁੰਡੇ ਵੀ ਕਿਰਾਇਆਂ 'ਤੇ ਫਲੈਟ ਲੈ ਕੇ ਰਹਿੰਦੇ ਆ। ਸੋ ਇਹ ਵੱਡਾ ਵਿਸ਼ਾ ਹੈ, ਅਸੀਂ ਇੱਕੋ ਦਮ ਕਿਸੇ ਨੂੰ ਬੈਨ ਕਰ ਦਈਏ, ਇਹ ਬਹੁਤ ਸੋਚ ਵਿਚਾਰਨ ਵਾਲਾ ਮਸਲਾ ਹੈ। ਬਿਲਕੁਲ ਸੋ ਜ਼ਰੂਰ ਹੈ ਕਿ ਸਾਰੇ ਮਸਲੇ ਦੇ ਉੱਤੇ ਜਿਸ ਕਦਰ ਇੱਕ ਇੱਕ ਕਰਕੇ ਕਈ ਪਿੰਡਾਂ ਦੇ ਵਿੱਚੋਂ ਮਾਮਲੇ ਆਉਣੇ ਸ਼ੁਰੂ ਹੋਏ ਨੇ, ਤਾਂ ਇਹ ਜ਼ਰੂਰ ਹੈ ਕਿ ਜਿਹੜਾ ਇਸ ਚੀਜ਼ ਨੂੰ ਜੇਕਰ ਨਾ ਸਮਝਿਆ ਗਿਆ, ਇਸ ਚੀਜ਼ ਦੇ ਉੱਤੇ ਚਰਚਾਵਾਂ ਗੰਭੀਰਤਾ ਦੇ ਨਾਲ ਨਾ ਹੋਈਆਂ, ਇਸ ਚੀਜ਼ ਨੂੰ ਪੰਜਾਬ ਸਰਕਾਰ ਨੇ ਗੰਭੀਰਤਾ ਦੇ ਨਾਲ ਨਾ ਲਿਆ, ਤਾਂ ਇਹ ਟਰੈਂਡ ਹੋਰ ਵੱਧ ਸਕਦਾ ਹੈ। ਅਤੇ ਜੇਕਰ ਇਹ ਟਰੈਂਡ ਵੱਧਦਾ ਹੈ, ਹੁਣ ਇਹ ਟਰੈਂਡ ਪਿੰਡਾਂ ਦੇ ਵਿੱਚ ਹੈ, ਅਤੇ ਜਦੋਂ ਇਸ ਤੋਂ ਬਾਅਦ ਇਸਨੇ ਪੰਜਾਬ ਦੇ 12,000 ਦੇ ਕਰੀਬ ਪਿੰਡਾਂ ਦੇ ਵਿੱਚ ਫੈਲਣ ਲੱਗਣਾ, ਤਾਂ ਪੰਜਾਬ ਸਰਕਾਰ ਨੂੰ ਇਹ ਸਾਂਭਣਾ ਔਖਾ ਹੋਏਗਾ। ਸੋ ਜ਼ਰੂਰਤ ਹੈ ਕਿ ਇਸ ਨੂੰ ਲੈ ਕੇ ਜੇਕਰ ਕੋਈ ਕਾਨੂੰਨ ਬਣਾਉਣਾ ਹੈ, ਤਾਂ ਉਸ ਕਾਨੂੰਨ ਬਣਾਉਣ ਦੀ ਤਜਵੀਜ਼ ਦੇ ਵੱਲ ਵਧਿਆ ਜਾਣਾ ਚਾਹੀਦਾ, ਨਾ ਕਿ ਇਸ ਨੂੰ ਸਿਰਫ ਕੋਰਟ ਦੇ ਮਸਲਿਆਂ ਦੇ ਜ਼ਰੀਏ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਬਹੁਤ ਬਹੁਤ ਧੰਨਵਾਦ।